ਦੀ ਬ੍ਰੇਕਿੰਗ ਨਿਊਜ਼, ਜੇਟੀ ਸਮਾਜ ਸੇਵਾ ਦਲ ਦੇ ਪ੍ਰਧਾਨ ਦਿਲਾਵਰ ਸਿੰਘ 'ਤੇ ਹੋਇਆ ਜਾਨਲੇਵਾ ਹਮਲਾ ਅਤੇ ਹਮਲਾਵਰ ਦਾ ਕੋਈ ਪਤਾ ਨਹੀਂ। ਇਹ ਉਹੀ ਘਰ ਹੈ ਜਿੱਥੇ ਦਿਲਾਵਰ ਸਿੰਘ 'ਤੇ ਹੋਇਆ ਜਾਨਲੇਵਾ ਹਮਲਾ ਅਤੇ ਹਮਲੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ। ਹਾਂ ਬਈ, ਕੀ ਰੌਲਾ ਪਾਇਆ ਜਨਾਬ? ਤੁਹਾਨੂੰ ਨਹੀਂ ਪਤਾ ਇਲਾਕੇ 'ਤੇ ਇੰਨੇ ਵਧੀਆ ਇਨਸਾਨ 'ਤੇ ਹਮਲਾ ਹੋਇਆ ਅਤੇ ਹਮਲਾਵਰ ਕਿੱਥੇ ਆ? ਦੇਖੋ, ਪੁਲਿਸ ਨੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਬਸ ਤੁਸੀਂ ਸਾਰੇ ਇਲਾਕਿਆਂ ਵਾਸੀ ਸ਼ਾਂਤੀ ਬਣਾ ਕੇ ਰੱਖੋ, ਜਲਦ ਤੋਂ ਜਲਦ ਹਮਲਾਵਰ ਪੁਲਿਸ ਦੀ ਹਿਰਾਸਤ 'ਚ ਹੋਏਗਾ। ਤੁਸੀਂ ਉਹਨਾਂ ਨੂੰ ਫੜੋ ਸਹੀ, ਅਸੀਂ ਉਹਨਾਂ ਟੋਟੇ ਟੁੱਟੇ ਕਰ ਦਿਆਂਗੇ। ਤੁਸੀਂ ਬਸ ਸ਼ਾਂਤੀ ਬਣਾ ਕੇ ਰੱਖੋ, ਇੱਦਾਂ ਦਾ ਕੋਈ ਵੀ ਕਦਮ ਨਾ ਚੁੱਕੋ ਜਿਸ ਨਾਲ ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਲਓ। ਬਾਕੀ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ। ਚਲੋ ਬਈ, ਸ਼ੁਰੂ ਕਰੋ। ਫੋਰੈਂਸਿਕ ਲੈਬ ਵਿੱਚ ਜਨਾਬ? ਜਨਾਬ? ਹਾਂ ਵੀ ਜਨਾਬ, ਕੈਮਰਾ ਫੁਟੇਜ ਦਿਖਾਓ ਫਿਰ ਇਹਦੀ। ਸਵੇਰ ਦਾ ਘਰ ਕੋਈ ਨਹੀਂ ਆਇਆ ਸਵਾਏ ਇਸ ਕੁੜੀ ਤੋਂ। 2:23 ਤੇ ਬੱਚੀ ਘਰ 'ਚ ਦਾਖਲ ਹੁੰਦੀ ਹੈ। ਜਨਾਬ, ਬੱਚੀ ਗੇਂਦ ਲੈ ਕੇ ਆਈ ਆ। ਗੇਂਦ ਲੈਣ ਤਾਂ ਆਈ ਆ, ਪਰ ਬੱਚੀ ਜਦੋਂ 3-4 ਮਿੰਟਾਂ ਬਾਅਦ ਘਰੋਂ ਬਾਹਰ ਗਈ ਤਾਂ ਇੰਨੀ ਡਰੀ ਹੋਈ ਕਿਉਂ ਆ? ਹੋ ਨਾ ਹੋ ਬਾਈ, ਇਸ ਕੁੜੀ ਨੂੰ ਹਮਲਾਵਰ ਦੇ ਬਾਰੇ ਕੁਝ ਨਾ ਕੁਝ ਤਾਂ ਜ਼ਰੂਰ ਪਤਾ। ਲੱਭੋ ਕੁੜੀ ਨੂੰ, ਬੁਲਾਓ ਇਸ ਕੁੜੀ ਨੂੰ। ਕੌਣ? ਮਿਸਟਰ ਮਨਿੰਦਰ ਦਾ ਘਰ ਇਹੀ ਆ? ਹਾਂਜੀ। ਤੁਸੀਂ ਕੌਣ? ਮੈਂ ਉਹਨਾਂ ਦੀ ਵਾਈਫ। ਮਿਸਟਰ ਮਨਿੰਦਰ ਨੂੰ ਮਿਲਣਾ ਸੀ। ਹਾਂਜੀ, ਆ ਜਾਓ। ਰਾਵੀ, ਕੌਣ ਆ? ਯੈਸ ਮਿਸਟਰ ਮਨਿੰਦਰ, ਮੈਨੂੰ ਲੱਗਦਾ ਤੁਹਾਡੀ ਬੇਟੀ ਨੇ ਦਿਲਾਵਰ ਦੇ ਹਮਲਾਵਰ ਨੂੰ ਦੇਖਿਆ, ਇਸ ਲਈ ਤੁਹਾਨੂੰ ਇੰਸਪੈਕਟਰ ਸਾਹਿਬ ਨੇ ਬੁਲਾਇਆ। ਪਰ ਸਰ, ਉਹ ਤਾਂ ਬੱਚੀ ਆ, ਉਹਨੂੰ ਕੀ ਪਤਾ ਹੋ। ਤੁਸੀਂ ਇੱਕ ਵਾਰੀ ਫਿਰ ਵੀ ਬੱਚੀ ਦੇ ਬਿਆਨ ਦਵਾ ਦਿਓ। ਜਨਾਬ, ਬੱਚੀ ਆ ਗਈ। ਬੇਟਾ, ਇੱਧਰ ਆ। ਗੌਰ ਨਾਲ ਦੇਖੋ ਉਸ ਅੰਕਲ ਨੂੰ। ਜਾਣਦੇ ਹੋ ਉਸ ਅੰਕਲ ਨੂੰ? ਬੇਟ, ਅੰਕਲ 'ਤੇ ਕਿਸੇ ਨੇ ਜਾਨਲੇਵਾ ਹਮਲਾ ਕੀਤਾ। ਤੁਹਾਨੂੰ ਪਤਾ ਉਹ ਹਮਲਾ ਕਿਹਨੇ ਕੀਤਾ? ਦੱਸੋ ਬੇਟਾ, ਕਿਹਨੇ ਮਾਰਿਆ ਅੰਕਲ ਨੂੰ? ਮੈਂ ਕੀਤਾ। ਅਮਨ, ਇਹ ਕੀ ਕਹਿ ਰਹੀ ਹੈ ਤੂੰ? ਇੱਕ ਮਿੰਟ ਮਿਸਟਰ, ਬੋਲੋ ਬੇਟਾ, ਤੁਸੀਂ ਕਿਉਂ ਮਾਰੇ ਅੰਕਲ ਨੂੰ? ਹਾਂਜੀ ਅਮਨ ਬੇਟਾ, ਤੁਹਾਨੂੰ ਪਤਾ ਪਰਮਾਤਮਾ ਨੇ ਕੁੜੀਆਂ ਨੂੰ ਏਂਜਲ ਵਾਂਗ ਬਣਾਇਆ, ਠੀਕ ਹੈ? ਏਂਜਲ ਬਹੁਤ ਸਪੈਸ਼ਲ ਹੁੰਦੀਆਂ ਨੇ ਤੇ ਤੁਸੀਂ ਵੀ ਸਾਡੇ ਲਈ ਬਹੁਤ ਸਪੈਸ਼ਲ ਹੋ, ਠੀਕ ਹੈ?
ਮੇਰੀ ਗੱਲ ਧਿਆਨ ਨਾਲ ਸੁਣੋ। ਪਰਮਾਤਮਾ ਨੇ ਇਹਨਾਂ ਇੰਜਨ ਨੂੰ ਇੱਕ ਵੱਖਰਾ ਖਾਸ ਰੂਪ ਦਿੱਤਾ ਹੈ ਤੇ ਖਾਸ ਅੰਗ ਦਿੱਤੇ ਨੇ ਤੇ ਇਹਨਾਂ ਅੰਗਾਂ ਨੂੰ ਤੁਹਾਡੇ ਮੰਮਾ ਤੋਂ ਬਿਨਾਂ ਕੋਈ ਵੀ ਟੱਚ ਕਰੇ ਤਾਂ ਤੁਸੀਂ ਕੀ ਕਰੋਗੇ? ਕੀ ਕਰੋਗੇ ਤੁਸੀਂ? ਤਾਂ ਤੁਸੀਂ ਕੀ ਕਰੋਗੇ ਇਹਨਾਂ ਹਾਲਾਤਾਂ 'ਚ? ਜਾਂ ਤਾਂ ਤੁਸੀਂ ਭੱਜੋਗੇ, ਜੇ ਤੁਸੀਂ ਨਹੀਂ ਭੱਜ ਸਕਦੇ ਤਾਂ ਉੱਚੀ ਉੱਚੀ ਚੀਕਾਂ ਮਾਰੋ, ਜ਼ੋਰ ਜ਼ੋਰ ਦੀ ਚਿੱਲਾਓ, ਠੀਕ ਆ? ਜੇ ਤੁਹਾਡੀ ਚੀਕ ਕੋਈ ਨਹੀਂ ਸੁਣਦਾ ਫਿਰ ਤੁਸੀਂ ਕੀ ਕਰੋਗੇ? ਤਾਂ ਜੋ ਤੁਹਾਡੇ ਹੱਥ 'ਚ ਆਇਆ ਤਾਂ ਜ਼ੋਰ ਨਾਲ ਉਹਦੇ ਖਿੱਚ ਕੇ ਮਾਰੋਗੇ। ਓਕੇ ਬੇਟਾ। ਓਕੇ ਮੰਮਾ। ਦੈਟਸ ਲਾਈਕ ਮਾਈ ਗੁੱਡ ਗਰਲ। ਬੇਟਾ ਤੁਸੀਂ ਘਰ ਦੇ ਅੰਦਰ ਗਏ ਕਿੱਦਾਂ? ਪੁੱਤ ਆਜਾ, ਪੁੱਤ ਬਾਲ ਲੱਭਦੀ ਆ, ਬਾਲ ਅੰਦਰ ਪਈ ਆ, ਆਜਾ 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 ਮੇਰਾ ਪੁੱਤ, ਅੰਦਰ ਆ ਕੇ ਲੈ ਲਾ, ਉਹ ਦੇ ਪਈ ਬਾਲ, ਉਹ ਦੇ। ਬਾਲ ਦੇ ਰਿਹਾ ਪੁੱਤ, ਡਰ ਕਿਉਂ ਰਹੇ? ਤੂੰ ਜਦ ਤੱਕ ਸਾਡੇ ਦੇਸ਼ ਵਿੱਚ ਤੁਹਾਡੇ ਵਰਗੇ ਸੂਝਵਾਨ ਮਾਂ ਬਾਪ ਨੇ ਤੇ ਇੰਨੀਆਂ ਬਹਾਦਰ ਬੱਚੀਆਂ ਨੇ, ਕਿਸੇ ਦੀ ਜ਼ਰੂਰਤ ਨਹੀਂ ਸਾਡੀਆਂ ਧੀਆਂ ਵੱਲ ਮੈਲੀ ਅੱਖ ਨਾਲ ਦੇਖ ਵੀ ਜਾਵੇ। ਥੈਂਕਸ ਬੇਟਾ ਸਾਡਾ ਕੰਮ ਆਸਾਨ ਕਰਨ ਦੇ ਲਈ। ਪਲੀਜ਼।